ਇਹਦਾ ਮੈਂ ਡਿੱਕੀ ਤਾਂ ਖੋਲ੍ਹੀ ਇਹ 'ਚ ਸਮਾਨ ਰੱਖਣ ਲੱਗਾ ਸਾਰਾ ਜੀਪ ਦਾ, ਅੱਧਾ ਪਿਆ ਆ, ਅੱਧਾ ਦੂਜੀ ਰੇਂਜ ਰੋਵਰ 'ਚ ਪਿਆ ਆ। ਇੱਕ ਲਿਆਉਂਦਾ ਇਹਦਾ ਆਹ ਸਾਉਣ ਨੂੰ। ਇਹ ਜਨਾਬ ਹੁਣ ਵਾਲੇ ਚੈਨਲ 'ਤੇ ਵੀਡੀਓ ਆ ਸਾਰੀ, ਤੁਹਾਡੇ ਚੈਨਲ 'ਤੇ ਆ ਨਾ ਵੀਡੀਓ। ਇਹ ਸੁੱਤਾ ਆ ਇਹਦਾ ਨਾ, ਇਹਦੇ ਕੱਪੜੇ ਵੀ ਲਿਆਉਂਦੇ ਆ, ਉਹ ਕੱਪੜੇ ਲਾ ਕੇ ਰੱਖੇ ਆ। ਹੁਣ ਪਟਾ ਲਿਆਂਦਾ, ਪਟੇ ਦੇ ਵਿੱਚ ਨਾ ਇੱਕ ਮੈਂ ਪਾਇਆ ਨਿੱਕਾ ਜਿਹਾ ਉਹ ਪਿਕਾਚੂ, ਉਹ ਹੁਣ ਸੁੱਤਾ ਹੱਡੀਆਂ ਹੁੱਡੀਆਂ ਖਾ ਕੇ ਨਜ਼ਾਰੇ ਨਾਲ। ਆਹ ਜਿਹੜਾ ਸਮਾਨ ਆਪਣੀ ਆ ਗਈ ਕੋਟਿੰਗ, ਆਹ ਆਪਣਾ ਆ ਗਿਆ ਪਾਵਰ ਬ੍ਰੇਕ ਵਾਲਾ ਬੂਸਟਰ। ਤੇਰੀਆਂ ਤਾਂ ਨਹੀਂ ਬ੍ਰੇਕਾਂ ਢਿੱਲੀਆਂ ਹੋਈਆਂ, ਤੇਰੇ ਲਾ ਦਈਏ ਬੂਸਟਰ। ਬਸ ਤੁਸੀਂ ਤੇ ਕਦੀ ਇੱਧਰੋਂ ਉੱਧਰਲੀ ਗੱਡੀ 'ਚ ਸਮਾਨ ਅਤੇ ਕਦੀ ਉੱਧਰੋਂ ਇੱਧਰਲੀ ਗੱਡੀ 'ਚ। ਆਹ ਇੱਕ ਬੋਡੀ ਗਾਰਡ ਨਾਲ ਤੁਰਿਆ ਰਹਿੰਦਾ ਆ। ਦੇਖੀ ਤਾਂ ਸਹੀ ਵੀ ਕਿੱਦਾਂ ਦਾ ਇਹਨੇ ਸਮਾਨ ਰਖਾਉਣਾ ਹੁੰਦਾ। ਰੋਟੀ ਵੀ ਖਾ ਲਾ ਓਏ ਮਾਮਾ ਹੀਰ ਦਿਆ। ਲਵਾਵਾ ਦੇਖ ਕੇ ਤੇ ਮਰਦਾ ਹੀ ਜਾਂਦਾ ਇਹ। ਆਹੋ ਲਫਾਫੇ ਜਿਹਨੂੰ ਟੋਫੀਆਂ ਨਾ ਦਿਸਦੀਆਂ, ਜਦੋਂ ਇਹਨੂੰ ਸਿੱਟ ਕਹੀਏ ਬਸ ਇਹਨੇ ਵਾਸੀ ਮਾਰਨੀ ਮਾਰਨੀ। ਨੇਰੀ 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 ਉਹ ਨੇਰੀ 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 ਰਾ ਵੀ ਮੈਂ ਖਿੱਚੀ ਲਿਜਾਣ ਦਿਆਂ, ਤੇਲ ਇਹਦੇ ਵਿੱਚ ਵੀ ਖਤਮ ਹੋ ਗਿਆ ਆ ਯਾਰ। ਜਦੋਂ ਦੋ ਤਿੰਨ ਗੱਡੀਆਂ ਹੋਣ ਨਾ, ਉਹ ਆ ਗਿਆ ਪੰਪ ਆ ਗਿਆ ਆ ਗਿਆ ਆ ਗਿਆ। ਛੋਟੇ ਛੋਟੇ ਕੰਮ ਤੁਹਾਨੂੰ ਪਤਾ ਹੀ ਆ, ਘਰ ਦੇ ਵਿੱਚ ਨਿਕਲਦੇ ਰਹਿੰਦੇ ਆ। ਹੁਣ ਮੈਂ 10 ਮਿੰਟਾਂ 'ਚ ਗੱਡੀ ਲਾਉਣੀ ਆ ਉੱਥੇ। ਬਈ ਆਪਣਾ ਜਹਾਜ਼ ਖੜਾ ਸਾਹਮਣੇ ਤੇ ਗੱਡੀ, ਇਹਦੀ ਗੈਰੇਜ 'ਚ ਮੈਂ ਪਹੁੰਚ ਗਿਆ। ਹੁਣ ਮੈਨੂੰ ਚਾਬੀ ਨਹੀਂ ਗੱਡੀ ਦੀ ਲੱਭਣ ਦੀ, ਮੈਂ ਸਟਾਰਟ ਕੀਤੀ ਗੱਡੀ ਸਟਾਰਟ ਹੋ ਗਈ, ਕੱਪੜੇ ਵੀ ਫੋੜ ਲਏ ਮੈਂ ਯਾਰ, ਹੱਦ ਹੀ ਆ। ਮੈਨੂੰ ਆਹ ਚੀਜ਼ਾਂ ਦਾ ਬਹੁਤ ਗੁੱਸਾ ਚੜ੍ਹਦਾ। ਚੰਗਾ ਭਲਾ ਇੱਥੇ ਬੰਦਾ ਚਾਬੀ ਲਾ ਕੇ ਇੱਥੋਂ ਕੱਢ ਕੇ ਬਾਅਦ 'ਚ ਚੱਲ ਜਾਂਦਾ, ਹੁਣ ਚਾਬੀ ਨਹੀਂ ਲੱਭਣ ਦੀ ਯਾਰ। ਉੱਦਣ ਵਾਂਗੂ ਹੋਇਆ ਪਤਾ ਨਹੀਂ ਕਿੱਥੇ ਵੀ। ਕਮਾਲ ਹੀ ਹੈ ਯਾਰ, ਮੈਨੂੰ ਬਹੁਤ ਹਲਸੀ ਕੰਮ ਲੱਗਦਾ। ਹੁਣ ਆ ਗਿਆ ਯਾਦ, ਆ ਗਿਆ ਯਾਦ, ਆ ਗਿਆ ਯਾਦ, ਆ ਗਿਆ ਯਾਦ, ਇੱਥੇ ਪਈ ਹੋਣੀ ਆ ਬਈ ਮਾਲ ਆ, ਚਾਬੀ ਪਿੱਛੇ ਪਈ ਤਾਂ ਮੈਂ ਗੱਡੀ ਲੈ ਕੇ ਆ ਗਿਆ। ਕਿੱਦਾਂ ਭਾਜੀ ਹੋਰ ਸਿੱਟੀ ਬਣੀ ਹੋਰ ਭਾਜੀ ਹੋਰ ਭਾਜੀ ਠੀਕ ਠਾਕ ਜੇ? ਇਹ ਹਜੇ ਗਈ ਨਹੀਂ ਇੱਥੇ ਹੀ ਆ ਹਜੇ, ਮੈਂ ਤਾਂ ਗਿਆ ਘਲਤੀ ਹੋਣੀ। ਦੂਜੀਆਂ ਗੱਡੀਆਂ ਇੱਦੀ ਨਾ ਫਿਰ ਕੰਮ ਰੁਕ ਜਾਂਦਾ ਆ, ਉਹਦਾ ਇੰਜਨ ਕਰਨਾ ਆ ਖੜੀ ਉਹਦੇ ਕੋਲ। ਆਪਣੀ ਇਹ ਨੀ ਗੀ ਆਪਣੀ, ਅਜੇ ਉਧਰ ਹੀ ਖੜੀ ਆ। ਤੁਹਾਨੂੰ ਖਾਂਦਾ ਮੈਂ ਹੁਣ ਲੱਗੇ ਉਹਦਾ ਟ੍ਰੀਟਮੈਂਟ ਸ਼ੁਰੂ ਕਰਨ, ਹੁਣ ਮੈਂ ਆਪਣੇ ਹਿਸਾਬ ਨਾਲ ਕਰਾਊਂਗਾ ਸਾਰਾ ਹੀ। ਆਹ ਖੜਾ ਜਹਾਜ਼ ਆਪਣਾ, ਇਹਦੀ ਥੱਲੇ ਚਾਸੀ ਚਮਕਾਉਣ ਲੱਗੇ ਆ, ਜੋ ਮਾੜਾ ਮੋਟਾ ਨਾ ਇਹਦਾ ਲੱਗਾ ਵੱਧ ਘੱਟ ਸਮਾਨ ਸਾਰਾ ਲਾ ਦੇਣਾ ਆ, ਬਿਲਕੁਲ ਕਲੀਨ ਕਰ ਦੇਣੀ ਆ। ਉਹ ਤੋਂ ਬਾਅਦ ਇਹਦੇ ਪ੍ਰਾਈਮਰ ਮਾਰ ਕੇ ਰੰਗ ਮਾਰਨਾ, ਆਹ ਸਾਰਾ ਨਾ ਸਾਫ਼ ਕੀਤਾ ਚੰਗੀ ਤਰ੍ਹਾਂ, ਹੁਣ ਇਹਦੀ ਪੂਚਾ ਪਰਚੀ ਹੋਊਗੀ। ਚੱਲ ਕੱਟ ਭਾਜੀ ਇਹਨੂੰ ਆਉਣ ਦੇ ਪਿੱਛੇ। ਬਸ 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 ਸਿੱਧੇ ਕਰ ਦੇ, ਚਲੋ ਚਲੋ ਰੋਣੀ।
ਤੁਹਾਡੀ ਸ਼ਾਪ ਦਾ ਨਾਂ ਕੀ ਹੈ ਉਹਦੇ ਨਾਂ ਦਾ ਸੁੱਚੀ ਸਾਰੀ ਬਲਜੀਤ ਮੋਟਰ ਗਰਾਜ ਇਹਦੇ ਚ ਬੂਸਟਰ ਆ ਤੇ ਇਧਰ ਪੱਲੇ ਮੰਨੇ ਖੁੱਲਾ ਖੋਲਣ ਲਈ ਕੁਝ ਇਧਰ ਖੁੱਲਾ ਹੀ ਆ ਆ ਬੈਰੰਗ ਬੂਰੰਗ ਸਾਰਾ ਚੱਕੀ ਛੋਟੀ ਆ ਰਹਿਣ ਦੇ ਬੱਕੀ ਚੱਕੀ ਆ मित्रों हूँ हाथ देखो तुम मेरे अज मैं कपड़े भी ताई इदा दे पा के आए भाजी अज कपड़े अज भाजी लगा मकैनिकल काम मैं ग्रैंडर मार मार के ना चैसी चमका दिया हम ओरिजिनल चैसी थले निकल आई है बैंक साइड पर भी हाँ खड़ती कि ओरिजिनल ਜਿੰਨੇ ਵੈਲਡਿੰਗ ਦੇ ਛਿੱਟੇ ਛੁੱਟੇ ਸੀ ਨਾ ਸਾਰੇ ਪੂਰੇ ਪਲੇਨ ਹੀ ਕਰਦੇ ਇੱਦਾਂ ਭਾਜੀ ਗੋਰੇ ਕਰਦੇ ਤਿਆਰ ਇੱਦਾਂ ਗੋਰੇ ਕਰਦੇ ਤਿਆਰ ਇੱਦਾਂ ਐਨ ਤਸੱਲੀ ਨਾਲ ਜਿੱਦਾਂ ਆਪਾਂ ਕਰਨੇ ਅਜੇ ਆਹ ਜਿਹੜੀਆਂ ਲਾਲ ਦੀਆਂ ਰੰਗ ਕੀਤੇ ਹੈ ਨਾ ਇਹਨਾਂ ਨੂੰ ਵੀ ਆਹ ਰੰਗ ਲਾ ਕੇ ਜਾਂ ਬਲੈਕ ਮਾਰਾਂਗੇ ਜਾਂ ਜਿਹੜਾ ਆਪਾਂ ਗੱਡੀ ਨੂੰ ਰੰਗ ਕਰਨਾ ਜਾਂ ਉਹ ਮਾਰਾਂਗੇ ਸ਼ੂਕਰਾਂ ਨੂੰ ਵੀ ਚੇਂਜ ਕਰ ਦੇਣਾ ਸਾਰਾ ਇੱਕ ਵਾਰੀ ਵਧੀਆ ਭਾਜੀ ਤਸੱਲੀ ਨਾਲ ਹੋਜੂ ਸਾਰਾ ਹੈ ਨਾ ਪਤਾ ਹੋਊਗਾ ਵੀ ਕੰਮ ਇਦੋਂ ਕਰਾਇਆ ਜੀ ਆਪਾਂ ਇੱਕ ਇਹਦਾ ਪਤਾ ਕੀ ਕਰਨਾ ਇੱਕ ਮੈਂ ਛੋਟੀ ਜੀਪ ਹੋਰ ਭਾਜੀ ਤਿਆਰ ਕਰਨੀ ਆ ਇਹਦਾ ਜੋ ਬਜਿਆ ਬੁਜਿਆ ਸਮਾਨ ਸਾਰਾ ਉਹਨੂੰ ਸਟੀਅਰਿੰਗ ਕੀ ਜੋ ਜਿੰਨਾ ਬਚਿਆ ਉਹਨੂੰ ਨਾ ਐਨ ਉਹ ਕਰਕੇ ਨਾ ਜਗਾੜ ਲਾ ਕੇ ਉੱਤੇ ਆਪਾਂ ਪਾ ਦੇਣਾ ਉਹਨੂੰ ਠੀਕ ਹੈ ਉਹ ਮਾਲ ਮੁਲ ਢੋਣ ਨੂੰ ਰੱਖ ਲੈਣੀ ਉੱਥੇ ਹਾਂ ਫਿਰ ਸਾਰੀ ਹੁਣ ਚਮਕਾ ਕੇ ਹਟਿਆ ਮੈਂ ਆਹ ਸਾਈਡ ਇੱਧਰਲੀ ਅਤੇ ਆਹ ਆਹ ਸਾਈਡ ਰਹਿ ਗਈ ਹੁਣ ਇਹਦੀ ਵਾਰੀ ਆ ਇੱਥੇ ਹੁੰਦਾ ਇਹਦਾ 86 ਨੰਬਰ ਆਹ ਲਿਖਿਆ ਹੋਇਆ ਆ ਇਹਨੂੰ ਮਾੜਾ ਜਿਹਾ ਬਚਾ ਕੇ ਰੱਖਣਾ ਪੈਣਾ ਇਹਨੂੰ ਹੌਲੀ ਹੌਲੀ ਸਾਰੀ ਜਿੰਨੀ ਆ ਨਾ ਆਹ ਵੈਲਡਿੰਗ ਵੁਲਡਿੰਗ ਸਾਰੀ ਡਾ ਦੇਣੀ ਰੱਖਿਆ ਪਲੇਨ ਹੋ ਜਾਣਾ ਪੂਰਾ ਕੰਮ ਆਹ ਵੀ ਪਲੇਨ ਕਰ ਦੇਣੀ ਆ ਗੋਡੇ ਹੁੰਦੇ ਆ ਜੀਪ ਦੇ ਇੱਕ ਆਹ ਕੱਢ ਕੇ ਰੱਖਤਾ ਆ ਇਹਨੂੰ ਹੁਣ ਸਫਾਈ ਸਫੂਈ ਕਰਕੇ ਗਰੀਸ ਕਰਕੇ ਨਵੇਂ ਬੈਰਿੰਗ ਸਾਰੇ ਵੱਡੇ ਕਿੰਗ ਪਿੰਨਾਂ ਵਾਲੇ ਵੀ ਸਾਰੇ ਨਵੇਂ ਪਾ ਕੇ ਫਿਰ ਇਹਨੂੰ ਗਰੀਸ ਕਰਕੇ ਫਿੱਟ ਕਰ ਦੇਣਾ ਕਾਰਾਗਰੀ ਕੀਤੀ ਮੈਂ ਪੂਰੀ ਸਾਰੇ ਹੀ ਆਹ ਆਪਣਾ 86 ਨੰਬਰ ਵੀ ਕੱਟਤਾ ਬਾਹਰ ਸਾਰਾ ਚਮਕਾਤਾ ਜਿੱਦਾਂ ਨਾ ਓਰਿਜਨਲ 86 ਹੁੰਦੀ ਆ ਅਤੇ ਆਹ ਜਿਹੜਾ ਹਿੱਸਾ ਨਾ ਆਹ ਰਹਿ ਗਿਆ ਆ ਇਹ ਹੁਣ ਨਾ ਆਪਾਂ ਬਦਲ ਲਿਆ ਗਰੈਂਡਰ ਦਾ ਇਹ ਵੀ ਮੈਂ ਹੁਣ ਝਾੜ ਦੇਣਾ ਸਾਰਾ ਹੀ ਇਹਨੂੰ ਲੱਗੂਗਾ 20-25 ਮਿੰਟ ਲੱਗ ਜਾਣੇ ਪਰ ਇਹ ਝੜ ਗਿਆ ਨਾ ਫਿਰ ਪੂਰੀ ਪ੍ਰੋਪਰ ਓਕੇ ਰਿਪੋਰਟ ਹੋ ਜਾਣੀ ਗੱਡੀ ਇੱਦਾਂ ਹੁੰਦੀਆਂ ਜੀਪਾਂ ਤਿਆਰ ਯਾਰ ਮੈਂ ਅੱਜ ਦੂਜੇ ਕੱਪੜੇ ਪਾਇਆ ਸੀ ਮੈਂ ਕਿਹਾ ਅੱਜ ਮੈਂ ਵੀ ਇੱਥੇ ਕਰਾਊਂਗਾ ਕੰਮ ਥੋੜ੍ਹਾ ਜਿਹਾ ਆਪ ਵੀ ਹੱਥ ਪੈਰ ਮਾਰਨੇ ਚਾਹੀਦੇ ਆ ਫਿਰ ਹੀ ਕੰਮ ਆਉਂਦੇ ਇੱਦਾਂ ਦੇ ਅੱਗੇ ਮੈਂ ਸਾਰੇ ਗੋਡੇ ਖੋਲ੍ਹ ਲੈਂਦਾ ਹੁੰਦਾ ਸੀ ਘਰੇ ਮੈਂ ਖੋਲ੍ਹ ਲੈਣੇ ਘਰੇ ਖੋਲ੍ਹ ਕੇ ਗਰੀਸ ਗਰੂਸ ਕਰਕੇ ਬੈਰਿੰਗ ਬਦਲਣਾ ਹੋਇਆ ਬਦਲ ਕੇ ਆਪ ਹੀ ਫਿੱਟ ਕਰਕੇ ਲੈ ਜਾਂਦਾ ਹੁੰਦਾ ਸੀ ਅਤੇ ਇਹ ਤਾਂ ਆਪਣੀ ਹੋ ਗਈ ਕਾਹ ਤਿਆਰ ਕਰ ਹੀ ਦਿੱਤੀ ਲਗਭਗ ਭਾਜੀ ਨੇ ਬਸ ਇੱਥੇ ਹੁਣ ਪੇਂਟ ਹੀ ਮਾਰਨਾ ਆ ਇਹਦਾ ਵੀ ਸਾਰਾ ਸੈੱਟ ਹੀ ਆ ਓਕੇ ਹੀ ਆ ਸਾਰਾ ਕੁਝ ਅਸੀਂ ਥੋੜ੍ਹਾ ਜਿਹਾ ਤਸੱਲੀ ਬਖਸ਼ ਕੰਮ ਕਰਨ ਦੇ ਤਾਂ ਕਰਕੇ ਸਾਨੂੰ ਟਾਈਮ ਲੱਗਣ ਦਿਆ ਆ ਲੈ ਬਈ ਹੁਣ ਇਹ ਨਿਬੇੜ ਕੇ ਹੱਥ ਉੱਤੇ ਧੋ ਲਏ ਮੈਂ ਚੱਲਿਆ ਹੁਣ ਫਿਰ ਕਪੂਰਥਲੇ ਨੂੰ ਆਹ ਲੈਣ ਇੱਕ ਨਾਟਿਆ ਇੱਕ ਥੱਲੇ ਉਹ ਜਿਹੜਾ ਲੋਕ ਹੁੰਦਾ ਨਾ ਉਹ ਲਿਆਉਣੇ ਚੇਤਾ ਭੁੱਲ ਗਏ ਸੀਗੇ ਇਹ ਦੋਵੇਂ ਲੈ ਕੇ ਆਉਣੇ ਆ ਇਹ ਇਹਦੇ ਵਿੱਚ ਲੱਗਣੇ ਆ ਜਿਹਨਾਂ ਨੂੰ ਪਤਾ ਉਹਨਾਂ ਨੂੰ ਤਾਂ ਪਤਾ ਲੱਗ ਹੀ ਗਿਆ ਦੇਖ ਕੇ ਇਹ ਲੋਕ ਆ ਜਾਂਦਾ ਆ ਜਗਾੜਮੈਂਟ ਜਿੰਨਾ ਵੀ ਹੁੰਦਾ ਨਾ ਅੰਦਰ ਬੈਰਿੰਗ ਵਗੈਰਾ ਉਹਨਾਂ ਨੂੰ ਲੋਕ ਕਰਕੇ ਰੱਖਦਾ ਆ ਉਹ ਲੈ ਕੇ ਆਉਣੇ ਹੁਣ ਅਸੀਂ ਨਾਲੇ ਉੱਥੋਂ ਕੁਛ ਖਾ ਪੀ ਕੇ ਆਉਂਦੇ ਕੁਛ ਤੇਲ ਲੇ ਕਰਪੂਤ ਲਿਓ ਚੱਲ ਵੀ ਸ਼ੇਰਾ ਆ ਜਾ ਡੰਡੀ ਡੰਡੀ ਚੱਲੀਏ ਅਤੇ ਛੇਤੀ ਛੇਤੀ ਆ ਜਾਈਏ ਇੱਥੇ ਖਾਣ ਪੀਣ ਨੂੰ ਵਧੀਆ ਦੁਕਾਨ ਕਿਹੜੀ ਆ ਹਾਂ ਵਧੀਆ ਕੋਈ ਵਧੀਆ ਚੀਜ਼ ਖਾਈਏ ਇੱਥੋਂ ਨਹੀਂ ਖਾਈਦਾ ਸ਼ਹਿਰੋਂ ਅੰਮ੍ਰਿਤਸਰ ਆਪਾਂ ਜਾਣਾ ਕਪੂਥਲੇ ਤੂੰ ਅੰਮ੍ਰਿਤਸਰ ਦੀਆਂ ਗੱਲਾਂ ਕਰੀ ਜਾਂਦਾ ਚਿਟਕਣੀਆਂ ਇਹ ਖਰਾਬ ਹੋ ਜਾਂਦੀ ਹੁੰਦੀ ਜਦੋਂ ਖੋਲੀਏ ਨਾ ਇੱਕ ਵਾਰੀ ਦੁਬਾਰਾ ਕੈਂਪਰ ਦੀਆਂ ਨਾ ਬ੍ਰੇਕ ਨਹੀਂ ਹੁੰਦੀ ਨਹੀਂ ਪਣੀ ਪੈਂਦੀ ਵਧੀਆ ਜੀ ਦੇਣੀ ਵਧੀਆ ਵਿਚਾਰੀ ਸਿੱਧੀ ਲਾ ਵੀ ਸਮਾਨ ਪਹੁੰਚਾਤਾ ਅਸੀਂ ਹੁਣ ਆ ਜਾ ਦੌੜਿਆ ਹੁਣ ਅਸੀਂ ਨਾ
ਕੋ ਖਾਣ ਲੱਗੇ ਆ ਯਾਰ, ਭੁੱਖ ਬਹੁਤ ਲੱਗੀ ਆ। ਮੇਨ ਪਹਿਲਾਂ ਸਮਾਨ ਪਹੁੰਚਾਉਣਾ ਸੀਗਾ, ਸਮਾਨ ਪਹੁੰਚਾਤਾ ਆ। ਆ ਜਾਓ ਜੀ, ਆ ਜਾਓ, ਵੱਧ ਜਾਓ ਹੁਣ। ਮੈਨੂੰ ਦੱਸ ਵਧੀਆ ਜਿਹਾ ਕਿੱਥੇ ਖਾਣ ਪੀਣ ਨੂੰ, ਆਪਾਂ ਉੱਥੇ ਹੀ ਜਾਂਦੇ ਹਾਂ, ਬੰਦ ਕਰ ਲਈਏ ਨਾ ਕੱਟਾ ਹੋਵਾ। ਛੋਟੇ ਕਿੰਗ ਪਿੰਨਾਂ ਵਾਲੇ ਓਰੀਜਨਲ NBC ਦੇ ਗਰੀਸ ਵੀ ਮੈਂ ਉਹਨਾਂ ਕੋਲੋਂ ਲਿਆ ਭਾਜੀ। 75,000 ਕਿਲੋਮੀਟਰ ਚੱਲਣੀ ਗੱਡੀ ਬਿਨਾਂ ਬ੍ਰੇਕਾਂ ਇਸ ਗਰੀਸ ਦੇ ਨਾਲ। ਬੈਰਿੰਗ ਕਹਿੰਦਾ ਉੱਡ ਜੂਗੇ, ਗਰੀਸ ਨਹੀਂ ਉੱਡਦੀ। ਗਰੀਸ ਕਹੇ ਕਹਿੰਦੀ ਜੇ ਬੈਰਿੰਗ ਹੀ ਉੱਡ ਗਏ ਤੇ ਕਿੱਦਾਂ ਭਾਜੀ, ਮੁਰੱਬਾ ਨਹੀਂ ਹੁੰਦਾ ਉਹਦਾ ਅੱਛਾ ਉਹਨੂੰ ਵਰਾਜ ਉੱਦਾਂ ਇਹ ਉਹਦੀ ਆ ਕੰਪਨੀ ਦੀ ਆ ਭਾਜੀ, ਹਾਂ ਬਾਹਰੋਂ ਡੁਪਲੀਕੇਟ ਮਿਲ ਜਾਂਦੀ ਨਾ, ਕੋਈ ਪਤਾ ਨਹੀਂ ਹੁੰਦਾ ਯਾਰ। ਤਾਂ ਮੈਂ ਕਿਹਾ ਕੋਈ ਨਹੀਂ, 100 ਰੁਪਇਆ ਮਹਿੰਗੀ ਲੈ ਆਉਂਦੇ ਹਨਾ, ਇਹ ਕਿਹੜਾ ਦੌਰਾ ਦੌਰਾ ਹੋਣੀਆਂ। ਉੱਦਾਂ ਹੀ ਕਹਿੰਦੇ ਸੰਧੂ ਨੇ ਭੇਜੀ ਬਾਹਰੋਂ, ਨਹੀਂ ਇੱਥੋਂ ਲਈ ਆ। ਉਹਦੀ ਗਰੀਸ ਵੀ ਆਉਂਦੀ ਆ, ਉਹਦਾ ਸਭ ਕੁਝ ਆਉਂਦਾ, ਕੱਪੜੇ ਵੀ ਆਉਂਦੇ ਆ, ਸਭ ਕੁਝ ਆਉਂਦਾ, ਬੂਟ ਆਉਂਦੇ ਆ। ਅੱਛਾ ਕਿੱਧਰ ਗਿਆ ਕਿਹੜਾ? ਉਹ ਇਹੋ ਜਿਹੀ ਕੰਪਨੀ ਆ। ਉਹ ਕਿਹਨੇ ਦੱਸਿਆ ਤੁਹਾਨੂੰ? ਸੁੱਖੇ ਨੇ ਜੀ, ਪਾਣਾ ਹੀ ਵਰਤਿਆ। ਮੈਂ ਕਿਹਾ ਸ਼ਾਇਦ ਸੁੱਖੇ ਨੇ ਦੱਸਿਆ। ਨਹੀਂ ਗੱਲ ਹੁੰਦੀ ਹੈ ਨਾ ਵਰਤਿਆ। ਆ ਬੈਠੀ ਰਹਿਣੀ ਸੀਗੀ। ਦੂਸਰੇ ਬੰਦੇ ਵਾਲਾ ਖੋਲਿਆ ਹੋਇਆ, ਡੀਜ਼ਲ ਮਾਰ ਕੇ ਸਾਫ਼ ਕਰਕੇ ਵਿੱਚ ਵੀ ਫਿਰ ਸਾਰਾ A to Z ਸਮਾਨ ਨਵਾਂ ਪਾ ਦੇਣਾ। ਇਹਨੂੰ ਵੀ ਮੈਂ ਚਮਕਾ ਤਾ ਮਾਰ ਕੇ ਗਰੈਂਡਰ, ਤੇ ਆ ਇਹਦੀ ਬ੍ਰੇਕ ਆ ਗਈ, ਇਹਨੂੰ ਵੀ ਗਰੈਂਡਰ ਮਾਰਤਾ। ਇੱਥੇ ਵੀ ਹੁਣ ਉਹੀ ਰੰਗ ਮਾਰਾਂਗੇ ਜਿਹੜਾ ਆਪਾਂ ਬਣਵਾ ਕੇ ਲਿਆਏ ਹਾਂ। ਇੱਧਰ ਵੀ ਓਕੇ ਕਰਤਾ ਭਾਅ ਜੀ ਨੇ, ਤੁਹਾਨੂੰ ਮੈਂ ਉੱਧਰ ਵਿਖਾਉਂਦਾ ਹੁਣ। ਮੈਂ ਵੀ ਫਿਰ ਕਰਕੇ ਛੱਡਿਆ, ਮਾੜਾ ਜਿਹਾ ਰਹਿ ਗਿਆ ਬਸ। ਆਹ ਦੇਖ ਲਓ, ਇੱਥੋਂ ਲੈ ਕੇ ਇੱਥੋਂ ਤੱਕ ਸੀਗਾ, ਤਾਂ ਮਾੜਾ ਜਿਹਾ ਥੱਲੇ ਵਾਲਾ ਹਿੱਸਾ ਰਹਿ ਗਿਆ। ਇਹ ਵੀ ਕਰਕੇ ਹੀ ਛੱਡਾਂਗੇ ਹੁਣ ਆਪਾਂ। ਹੁਣ ਬਿਲਕੁਲ ਆਪਣੀ ਨਾ ਚੈਸੀ ਜਿਹੜੀ ਆ ਬਿਲਕੁਲ ਸਾਫ਼ ਆ। ਸੁਣਾ ਭਾਅ ਜੀ ਕੋਲ ਤਾਂ ਜਾ ਹੀ ਗੋਡਾ ਹੋਇਆ, ਹਜੇ ਇੱਧਰਲਾ ਰਹਿੰਦਾ ਆ, ਇਹ ਵੀ ਹੋਰ ਅੱਧੇ ਘੰਟੇ ਤੱਕ ਕਰ ਲੈਣਾ ਆਪਾਂ ਸਾਰਾ। ਮੈਂ ਉੱਥੇ ਜਿੱਥੇ ਤੈਨੂੰ ਦੱਸਿਆ ਸੀ, ਜਿੱਥੇ ਬੱਸਾਂ ਰੁਕਦੀਆਂ। ਲੈ ਬਈ ਉੱਥੋਂ ਸਿੱਧਾ ਨਾ ਮੈਂ ਆ ਗਿਆ ਸੀਗਾ ਗਗਨ ਹੋਣਾ ਨੂੰ ਲੈਣ। ਗਗਨ ਹੋਣੀ ਗਏ ਸੀਗੇ ਮੱਥਾ ਟੇਕਣ, ਸ਼ੀਦੀ ਦਿਹਾੜੇ ਚੱਲਦੇ ਨਾ ਉੱਥੇ, ਅਤੇ ਆ ਹੀ ਗਏ ਆ। ਮੈਂ ਕਿਹਾ ਠੰਡ ਬੜੀ, ਇਹਨਾਂ ਨੂੰ ਲੈ ਹੀ ਆਵਾਂਗੇ, ਅਤੇ ਇਹਨਾਂ ਨੂੰ ਠੰਡ ਨਾ ਲੱਗ ਜਾਵੇ। ਬੱਸੇ ਗਏ ਸੀਗੇ ਉਹ ਤੁਰਿਆਂ ਦੇ ਦੋਵੇਂ ਜੋੜੇ ਅੱਜ ਆ ਜਾਓ ਜੀ, ਆ ਜਾਓ, ਠੀਕ ਹੈ ਜੀ, ਹੋਰ ਵਧੀਆ ਵਧੀਆ। ਮੈਂ ਕਿਹਾ ਜਾ ਹੀ ਆਵਾਂਗੇ, ਅਤੇ ਠੰਡ ਨਾ ਲੱਗ ਜਾਵੇ ਤੁਹਾਨੂੰ। ਸਹੀ ਸਹੀ ਅਸੀਂ ਟਾਈਮ ਸਿਰ ਪਹੁੰਚ ਜਾਣਾ ਸੀ। ਉੱਥੇ ਆਪਣੇ ਲੁਧਿਆਣੇ ਲੱਗ ਗਏ, ਤਾਂ ਲੇਟ ਹੋ ਗਿਆ ਉੱਥੇ। ਅੱਜ ਗਗਨ ਕੀ ਆ ਚਲਾਊਗਾ, ਇੱਥੇ ਖੜੇ ਅਸੀਂ ਜੀਪ ਵਾਲਿਆਂ ਦੀ ਸਲਾਹ ਕਰਨ ਦੇ ਸੀ ਕੋਈ ਜ਼ਰੂਰੀ। ਪਹਿਲੀ ਵਾਰੀ ਚਲਾਉਣ ਲੱਗਾ ਗੱਡੀ ਤੇਰੀ, ਪਹਿਲੀ ਵਾਰੀ ਚਲਾਉਣ ਕੀ ਆ, ਪਹਿਲੀ ਵਾਰੀ ਰੇਂਜ ਚਲਾ ਰਹੀ ਚਲਾ ਕੇ ਦੇਖ, ਦੇਖੀ ਦੌੜਦੀ ਕਿੱਦਾਂ, ਦੇਖੀ ਕਿੱਦਾਂ ਚੱਲਦੀ ਕਿੱਦਾਂ ਹੈ, ਮੁੱਕਦੀ ਕਿ ਨਹੀਂ। ਇੱਥੋਂ ਨਾ ਅਸੀਂ ਕੁਛ ਲੈਣ ਲੱਗੇ ਸੀਗੇ, ਮੈਂ ਨਾ ਟੋਟੇ ਪੈਸੇ ਚੱਕੇ
ਤੇ ਮੈਂ ਧਿਆਨ ਨਾਲ ਪੈਸੇ ਦੇਖੇ ਪਏ ਨਾ ਉਹੋ ਕਿਹੜਾ ਡਿੱਗ ਪਿਆ ਅਤੇ ਰੁਪਈਆ ਰੁਪਈਆ ਉੱਤੇ ਨਾ ਹਿੰਦੀ ਦੇ ਵਿੱਚ ਸਾਰਾ ਕੁਛ ਲਿਖਿਆ ਹੋਇਆ ਪੈਸੇ ਵੱਲ ਧਿਆਨ ਨਹੀਂ ਮਾਰੀਦਾ ਜਿਹੜੇ ਭਾਣ ਹੁੰਦੀ ਆ ਨਾ ਇਹਨਾਂ ਵੱਲ ਧਿਆਨ ਨਹੀਂ ਮਾਰੀਦਾ ਗਾ ਨਾ ਵੇ ਉਹ ਡਿੱਗੀ ਜਾਂਦੀ ਆ ਦੇਖ ਪਹਿਲੋਂ ਪੈਸੇ ਹੁੰਦੇ ਸੀ ਨਾ ਉਦੋਂ ਉਦੋਂ ਆਪਾਂ ਦੇਖਦੇ ਹੁੰਦੇ ਸੀ ਉਹਨਾਂ 'ਤੇ ਹੋਰ ਸਿਸਟਮ ਹੁੰਦਾ ਹੈ ਸਾਰਾ ਯਾਰ ਇਹਨਾਂ 'ਤੇ ਸਾਰਾ ਕੁਛ ਹੀ ਚੇਂਜ ਹੀ ਕਰ ਦਿੱਤਾ ਯਾਰ ਬਾਕੀ ਕਮੈਂਟ ਕਰਕੇ ਦੱਸਿਓ ਕਿਹੜਾ ਕਿਹੜਾ ਇਹ ਦੇਖਦਾ ਅਸੀਂ ਤਾਂ ਅੱਜ ਧਿਆਨ ਨਾਲ ਦੇਖੇ ਨਹੀਂ ਤਾਂ ਅਸੀਂ ਦੇਖੀਦੇ ਹਾਂ ਉੱਦਾਂ ਹੀ ਫੜਾ ਦਈਦੇ ਆ ਇੱਦਾਂ ਵੀ ਦੇਈਦੇ ਜੇਬ 'ਚ ਪਾ ਲਈਦੇ ਇੱਦਾਂ ਹੀ ਫੜਾ ਦਈਦੇ ਆ ਅੱਜ ਮੈਂ ਧਿਆਨ ਨਾਲ ਦੇਖੇ ਯਾਰ ਕਮਾਲ ਹੋ ਯਾਰ ਹਾਂਜੀ ਆ ਜਾ ਤੇਰੀ ਹੱਡੀ ਆ ਜਾ ਇਹ ਨਾ ਪਾਣੀ 'ਚ ਮੀਂਹ 'ਚ ਘੁੰਮੀ ਜਾਂਦੇ ਆ ਕਦੀ ਇਹਨੂੰ ਦੌੜਦਾ ਕਦੀ ਉਹਨੂੰ ਦੌੜਦਾ ਆ ਮੈਂ ਕਿਹਾ ਇਹਨੂੰ ਇਹਦੀਆਂ ਹੱਡੀਆਂ ਪਾ ਦਈਏ ਆਪੇ ਬੈਠਾ ਤਾਂ ਰਹੂਗਾ ਇਹਨੂੰ 15-20 ਮਿੰਟ ਤਾਂ ਖਾਂਦਾ ਰਹੂਗਾ ਬਹਿ ਜੂਗਾ ਫਿਰ ਸ਼ਾਂਤੀ ਨਾਲ ਹੌਲੀ ਖਾਲਾ ਹੌਲੀ 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 ਲੈ ਵੀ ਹੁਣ ਮੈਂ ਇਹਨੂੰ ਨਾ ਹੱਡੀ ਹਜੇ ਮੇਰੇ ਕੋਲ ਹੀ ਫੜੀ ਆ ਹਜੇ ਨਹੀਂ ਇਹਨੂੰ ਮੈਂ ਦੇਣੀ ਅਤੇ ਬਾਕੀ ਹੁਣ ਕੱਲ੍ਹ ਨੂੰ ਮਿਲਾਂਗੇ ਆਪਾਂ ਅਤੇ ਕੱਲ੍ਹ ਨੂੰ ਇਹਦੇ ਓਨਰਾਂ ਨੇ ਆਉਣਾ ਆ ਉਹਨਾਂ ਨਾਲ ਗੱਲ ਹੋਈ ਆ ਮੈਸੇਜਾਂ ਦੇ ਵਿੱਚ ਉਹ ਕਹਿੰਦੇ ਸਾਡਾ ਕੁੱਤਾ ਆ ਉਹਨਾਂ ਨੇ ਫੋਟੋਆਂ ਵੀ ਭੇਜੀਆਂ ਅਤੇ ਉਹ ਸਾਰਾ ਕੁਛ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਡਿਟੇਲ ਦੇਵਾਂਗੇ ਅਤੇ ਜੀਪ ਦਾ ਕੰਮ ਚੱਲੀ ਜਾਣ ਦਿਆ ਆ ਮਕੈਨੀਕਲ ਕੰਮ ਉਹਦਾ ਖਤਮ ਹੋ ਗਿਆ ਆ ਹੁਣ ਬਸ ਉਹਦੇ 'ਤੇ ਜਿਹੜੀ ਚੈਸੀ 'ਤੇ ਪੇਂਟ ਮਾਰਨਾ ਆ ਸਾਰਾ ਕੁਛ ਉਹ ਗੱਡੀ 'ਚ ਪਿਆ ਸਾਰਾ ਸਮਾਨ ਉਹ ਵੀ ਨੈਕਸਟ ਵੀਡੀਓ ਜਿਹੜੀਆਂ ਆਉਣੀਆਂ ਉਹਨਾਂ ਦੇ ਵਿੱਚ ਸਾਰਾ ਕੁਛ ਆਊਗਾ ਮਾਲਕਾਂ ਦੀ ਵੀਡੀਓ ਆ ਉਹ ਸਿਮਰ ਵਾਲੇ ਚੈਨਲ 'ਤੇ ਆਊਗੀ ਸਾਰੀ ਬਾਕੀ ਇਹਨੂੰ ਮੈਂ ਹੁਣ ਹੱਡੀ ਖਵਾ ਦੇਵਾਂ ਚੱਲ ਖੜਾ ਮਿਲਦੇ ਹਾਂ ਹੁਣ ਕੱਲ੍ਹ ਨੂੰ ਤੁਹਾਨੂੰ ਅਤੇ ਹੋਰ ਨਵੀਆਂ ਵੀਡੀਓ ਅਤੇ ਅਪਡੇਟਾਂ ਲੈ ਕੇ ਕੱਲ੍ਹ ਨੂੰ ਮਿਲਾਂਗੇ ਤੁਹਾਨੂੰ ਯਾਰ ਮੈਂ ਕੁਛ ਕਹਿਣਾ ਸੀ ਦੋ ਕੁ ਚੀਜ਼ਾਂ ਸੀ ਮੈਨੂੰ ਯਾਦ ਭੁੱਲੀ ਗਈਆਂ ਹੁਣ ਅਗਲੀ ਵੀਡੀਓ 'ਚ ਦੱਸੂਗਾ ਸਾਰਾ ਕੁਛ ਯਾਦ ਕਰਕੇ ਓਕੇ ਫਿਰ ਬਾਏ ਬਾਏ ਮਿਲਦੇ ਹਾਂ ਕੱਲ੍ਹ ਨੂੰ ਕਈ ਵਾਰੀ ਗੱਲਾਂ ਯਾਦ ਹੁੰਦੀਆਂ ਜਦੋਂ ਵੀਡੀਓ ਬਣਾਉਣ ਲੱਗੀ ਉਦੋਂ ਚੇਤਾ ਹੀ ਭੁੱਲ ਜਾਂਦੀਆਂ ਹੁਣ ਫਿਰ ਮੈਨੂੰ ਚੇਤਾ ਭੁੱਲ ਗਈਆਂ ਅਤੇ ਆ ਗਈਆਂ ਯਾਦ ਮੈਂ ਲਿਖ ਲੈਣੀ ਹੈ ਕਈ ਵਾਰੀ ਮੈਂ ਤਾਂ ਹੁੰਦਾ ਕਈ ਵਾਰੀ ਨਹੀਂ ਬਹੁਤ ਵਾਰੀ ਹੁੰਦਾ ਓਕੇ ਬਾਏ 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 ਬਾਏ